ਬੱਚੇ ਦੇ ਜਨਮ ਦਿਨ ਤੇ ਰਲਣ ਪਰਿਵਾਰ ਵੱਲੋਂ ਲਗਾਇਆ ਗਿਆ ਇੱਕ ਖੂਨਦਾਨ ਕੈਂਪ ਜਿਸ ਵਿੱਚ ਫੋਟੋਗ੍ਰਾਫਰ ਐਸੋਸੀਏਸ਼ਨ ਨੇ ਕੀਤੀ ਵਿਸ਼ੇਸ਼ ਤੌਰ ਤੇ ਸ਼ਿਰਕਤ। ਇਸ ਮੌਕੇ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਫੋਟੋਗ੍ਰਾਫਰ ਐਸੋਸੀਏਸ਼ਨ ਹਮੇਸ਼ਾ ਹੀ ਇਸ ਤਰ੍ਹਾਂ ਦੇ ਕਾਰਜ ਕਰਦੇ ਨੇ ਜਦੋਂ ਵੀ ਕਿਸੇ ਦਾ ਕੋਈ ਇਸ ਤਰ੍ਹਾਂ ਦਾ ਸਮਾਗਮ ਘਰ ਦੇ ਵਿੱਚ ਹੁੰਦਾ ਹੈ ਜਾਂ ਕਿਸੇ ਦੀ ਕੋਠੀ ਦਾ ਮੂਹਰਤ ਜਾਂ ਹੋਰ ਕੋਈ ਜਨਮ ਦਿਨ ਹੁੰਦਾ ਹੈ ਜਾਂ ਵਿਆਹ ਦੀ ਵਰ੍ਹੇਗੰਢ ਹੁੰਦੀ ਹੈ ਤਾਂ ਉਹਨਾਂ ਵੱਲੋਂ ਇਹ ਇਸ ਤਰ੍ਹਾਂ ਦੇ ਖੂਨਦਾਨ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਲੋੜਵੰਦਾਂ ਦੇ ਔਖੇ ਵੇਲੇ ਕੰਮ ਆ ਸਕੇ। ਇਸ ਮੌਕੇ ਯੰਗ ਬਲੱਡ ਕਲੱਬ ਵੱਲੋਂ ਵੀ ਵਿਸ਼ੇਸ਼ ਤੌਰ 'ਤੇ ਉਪਰਾਲਾ ਕੀਤਾ ਗਿਆ ਸੀ। ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੀ ਅਜੀਤ ਰੋਡ 'ਤੇ ਰਲਣ ਪਰਿਵਾਰ ਵੱਲੋਂ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਸਹਿਯੋਗ ਦੇ ਨਾਲ ਅਤੇ ਯੰਗ ਬਲੱਡ ਐਸੋਸੀਏਸ਼ਨ ਦੇ ਸਹਿਯੋਗ ਦੇ ਨਾਲ ਇਹ ਖੂਨਦਾਨ ਕੈਂਪ ਲਗਾਇਆ ਗਿਆ ਤਾਂ ਜੋ ਲੋੜਵੰਦਾਂ ਨੂੰ ਲੋੜ ਪੈਣ 'ਤੇ ਇਸ ਦਾ ਲਾਹਾ ਮਿਲ ਸਕੇ। ਮੈਂਬਰ ਬਠਿੰਡਾ ਫੋਟੋਗ੍ਰਾਫਰ ਐਸੋਸੀਏਸ਼ਨ, ਅੱਜ ਜਿੱਦਾਂ ਕਿ ਮੇਰੇ ਬੇਟੇ ਦਾ ਜਨਮਦਿਨ ਸੀ, ਜਨਮਦਿਨ ਦੀ ਖੁਸ਼ੀ ਦੇ ਮੌਕੇ ਅੱਜ ਬਠਿੰਡਾ ਦੇ ਸਮੂਹ ਫੋਟੋਗ੍ਰਾਫਰ ਵੀਰਾਂ ਵੱਲੋਂ ਟੀਮ ਯੰਗ ਬਲੱਡ ਕਲੱਬ ਦੇ ਸਹਿਯੋਗ ਨਾਲ ਅਜੀਤ ਰੋਡ ਵਿਖੇ ਇੱਕ ਖੂਨਦਾਨ ਕੈਂਪਸ ਜਿਹੜਾ ਹੈ ਉਹਦਾ ਆਯੋਜਨ ਕੀਤਾ ਗਿਆ। ਤਕਰੀਬਨ ਇਹ ਫੋਟੋਗ੍ਰਾਫਰ ਵੀਰਾਂ ਵੱਲੋਂ ਲਗਾਤਾਰ ਦੂਸਰਾ ਜਿਹੜਾ ਹੈ ਖੂਨਦਾਨ ਕੈਂਪ ਹੈ ਔਰ ਸਾਡੇ ਵੀਰਾਂ ਵੱਲੋਂ ਇਹ ਸੁਸਾਇਟੀ ਵੱਲੋਂ ਹਰ ਮੈਂਬਰ ਦੇ ਕਿਸੇ ਦੇ ਕੋਈ ਖੁਸ਼ੀ ਦਾ ਮੌਕਾ ਉਸ ਮੌਕੇ ਦੇ ਉੱਤੇ ਇਹ ਜਿਹੜਾ ਹੈ ਕੰਮ ਦਾ ਆਯੋਜਨ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾਂਦਾ ਰਹਿੰਦਾ ਹੈ। ਅਤੇ ਇਸ ਮੌਕੇ ਜਿੰਨੇ ਵੀ ਮੇਰੇ ਵੀਰ ਸੁਸਾਇਟੀ ਯੰਗ ਬਲੱਡ ਕਲੱਬ ਵੱਲੋਂ ਜਾਂ ਸਮੂਹ ਫੋਟੋਗ੍ਰਾਫਰ ਵੀਰ ਜਿੰਨੇ ਵੀ ਪਹੁੰਚੇ ਨੇ ਮੈਂ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਇਹ ਅੱਜ ਜਿਹੜਾ ਕੈਂਪ ਲੱਗਿਆ ਸੀਗਾ ਜੀ, ਇਹ ਕੈਂਪ ਜਿਹੜਾ ਹੈਗਾ ਰਲਨ ਪਰਿਵਾਰ ਕੰਨੀ ਉਹ ਲਗਾਇਆ ਗਿਆ ਸੀਗਾ। ਅੱਜ ਰਲਨ ਪਰਿਵਾਰ ਦੇ ਵਿੱਚੋਂ ਇੱਕ ਮਾਸਟਰ ਤਨਵੀਰ ਦਾ ਜਨਮਦਿਨ ਸੀਗਾ ਔਰ ਉਹਨਾਂ ਨੂੰ ਬਲੈਸਿੰਗਸ ਦੇਣ ਲਈ ਇੱਥੇ ਸਮੂਹ ਫੋਟੋਗ੍ਰਾਫਰ ਐਸੋਸੀਏਸ਼ਨ ਇਕੱਤਰਿਤ ਹੋਈ ਸੀਗੀ ਔਰ ਬੜਾ ਹੀ ਉਹਨਾਂ ਨੇ ਅਲੱਗ ਤਰੀਕਾ ਉਸ ਬੱਚੇ ਨੂੰ ਆਸ਼ੀਰਵਾਦ ਦੇਣ ਦਾ ਚੁਣਿਆ। ਉਹਨਾਂ ਨੇ ਖੂਨਦਾਨ ਕੈਂਪ ਟੀਮ ਯੰਗ ਬਲੱਡ ਕਲੱਬ ਨਾਲ ਇੱਥੇ ਅੱਜ ਇੱਕ ਲਗਾ ਕੇ ਬੱਚੇ ਨੂੰ ਆਸ਼ੀਰਵਾਦ ਦਿੱਤਾ ਜੀ। ਜੇ ਤੁਸੀਂ ਚਾਹੁੰਦੇ ਹੋ ਕਿ ਹਰ ਤਰ੍ਹਾਂ ਦੀ ਖਬਰ ਤੁਹਾਡੇ ਤੱਕ ਪਹੁੰਚੇ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਨੂੰ ਆਲ 'ਤੇ ਕਰੋ।